ਇਹ ਭੂੰਡ ਤੁਹਾਨੂੰ ਪਿੰਡਾਂ 'ਚ ਦੇਖਣ ਨੂੰ ਮਿਲਨੇ ਆ। ਧਿਆਨ ਨਾਲ ਡੰਗ ਮਾਰ ਦੂੰਗਾ ਜੀ। ਮਿਲੋ ਜੀ ਸਾਰੇ ਪੰਜਾਬੀ ਵਲੌਗਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਹੜਾ ਵਲੌਗਰ ਹੁੰਦਾ ਨਾ ਉਹ ਦੂਜੇ ਦਾ ਕੈਮਰਾ ਭਲੇਖੇ ਨਾਲ ਫੜ ਲੈਂਦਾ, ਤੁਹਾਡਾ ਵਲੌਗ ਆ ਵੀਰੇ ਤੁਸੀਂ ਬਣਾ ਦਿਓ। ਕੈਨੇਡਾ ਵਧੀਆ ਕੇ ਪਿੰਡ ਮੋਟਰ ਤੇ ਮੋਟਰ ਤੇ ਨਾ ਵਾਰੇ ਨਹੀਂ ਆ ਰਹੇ। ਸਵੇਰੇ ਘਰੋਂ ਨਿਕਲੇ ਆ, ਹਵਾ ਨਿਕਲ ਜਾਣੀ, ਪੈਂਚਰ ਟਾਇਰ ਪੈਂਚਰ ਹੋ ਗਿਆ। ਹਾਲੇ ਘਰੋਂ ਨਿਕਲਿਆ 2 ਮਿੰਟ ਹੀ ਹੋਏ ਸੀ ਤੇ ਅਸੀਂ ਬੜਾ ਖੁਸ਼ ਹੋ ਰਹੇ ਕਿ ਫਾਈਨਲੀ ਕਿਤੇ ਘੁੰਮਣ ਲਈ ਨਿਕਲੇ ਹਾਂ ਅਸੀਂ ਘਰੋਂ ਬਾਹਰ, ਤੇ ਸਾਡੀ ਖੁਸ਼ੀ 2 ਮਿੰਟ 'ਚ ਹੀ ਗਮ 'ਚ ਬਦਲ ਗਈ। ਟਾਇਰ ਪੈਂਚਰ ਹੋ ਗਿਆ ਤੇ ਜਦੋਂ ਜਿਹੜਾ ਇਲਾਸਟਿਕ ਜਿਹਾ ਵੱਜਿਆ ਨਾ ਗੱਡੀ ਚੱਲ ਚੱਲਦੀ, ਆਵਾਜ਼ ਬੜੀ ਕਰਨ ਲੱਗ ਪਈ, ਕੜਕੜ ਕੜਕੜ ਦੀ ਆਵਾਜ਼ ਆਉਣ ਲੱਗ ਪਈ, ਤੇ ਅਸੀਂ ਦੋਵੇਂ ਡਰ ਗਏ ਯਾਰ, ਲੈ ਗਏ ਕਿ ਪੰਗਾ ਪੈ ਗਿਆ, ਲੱਗਦਾ ਕਿ ਗੱਡੀ ਦਾ ਪਾਰਟ ਡੈਮੇਜ ਹੋ ਗਿਆ। ਟਾਇਰ ਨੂੰ ਪੈਂਚਰ ਲਵਾ ਕੇ ਅਸੀਂ ਹਲੇ ਨਿਕਲੇ ਹਾਂ ਤੇ ਵਲੋਗ ਕਰ ਰਹੇ ਸੀ ਤੇ ਵਲੋਗ ਦੀ ਕਲਿੱਪ ਸਾਰੀ ਬਲਰ ਸ਼ੂਟ ਹੋਈ। ਹੁਣ ਇਹਨੂੰ ਕੀ ਸਮਝੀਏ, ਪਹਿਲੀ ਵਾਰੀ ਹੋਈ ਇਹ ਤਾਂ। ਕਿਆ ਕਰੂੰ ਮੈਂ, ਮਰ ਜਾਉ। ਬਾਕੀ ਟਾਈਟਲ ਤੇ ਥੰਬਨੇਲ ਤੇ ਆਈਡੀਆ ਲਾ ਹੀ ਲਿਆ ਹੋਊਗਾ ਅਸੀਂ ਕਿੱਥੇ ਜਾ ਰਹੇ ਹਾਂ। ਅਸੀਂ ਜਾ ਰਹੇ ਹਾਂ ਪੰਜਾਬੀ ਵਲੌਗਰ ਦੇ ਪਿੰਡ। ਮਨਿੰਦਰ ਬਾਈ ਦੀ ਤੇ ਮੇਰੀ ਸਲਾਹ ਬਣ ਰਹੀ ਸੀ ਕਾਫੀ ਟਾਈਮ ਤੋਂ ਕਲੈਬ ਕਰਨ ਦੀ, ਪਰ ਪਲਾਨ ਨਹੀਂ ਬਣ ਰਿਹਾ ਸੀ। ਕਦੀ ਮਨਿੰਦਰ ਬਾਈ ਨੇ ਅੰਮ੍ਰਿਤਸਰ ਆਉਣਾ ਸੀ, ਕਦੀ ਮੈਂ ਲੁਧਿਆਣੇ ਜਾਣਾ ਸੀ, ਪਰ ਫਾਈਨਲੀ ਅੱਜ ਮੈਂ ਪਲਾਨ ਬਣਾ ਹੀ ਲਿਆ ਤੇ ਹੁਣ ਜਾ ਰਿਹਾ ਆਪਾਂ ਲੁਧਿਆਣੇ ਮਨਿੰਦਰ ਬਾਈ ਦੇ ਪਿੰਡ। ਬਾਕੀ ਇਸ ਵਲੌਗ 'ਚ ਕੀ ਬਣਦਾ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ। ਇਸ ਵਲੌਗ ਦੀ ਸ਼ੁਰੂਆਤ ਤੁਸੀਂ ਸਮਝ ਗਏ ਕਿੱਦਾਂ ਦੀ ਹੋਈ ਹੈ, ਬਾਕੀ ਐਂਡ ਦੇਖਦੇ ਕੀ ਬਣਦਾ। ਜਲੰਧਰ ਰੁਕੇ ਆ ਤੇ ਹਵੇਲੀ ਤੋਂ ਸੋਚਿਆ ਕੁਝ ਖਾਣ ਪੀਣ ਲਈ ਲੈ ਲਈਏ। ਇੱਕ ਰੁਮਾਲ ਬੜਾ ਟਿਕਦਾ ਯਾਰ, ਸਪਰਾਈਟ ਮਿੱਤਰਾਂ ਦੀ ਗੱਡੀ ਚੱਲੇ 80-90 ਤੇ, ਤੇਰੀ ਨਿਗਾਹ ਪੈ ਗਈ ਬਿੱਲੋ ਜੱਟ ਕੰਬੇ ਤੇ। ਕਿੰਨੀ ਕੁ ਡੂੰਗੀ ਆ ਉਹ ਵਾੜੀ ਜਾਂਦੇ ਲੱਭਣ ਕੀ ਦੇ ਆ, ਨਾਰੇ ਨੂਰੇ ਲੱਭਣੇ ਹੋਣੇ ਹਨਾ। ਮੰਮਾ ਅਗਲੇ ਨਾ ਹੁੰਦੇ ਨਾਰੀਏ ਦੇ 97 ਨਹਿਰ ਥੋੜਾ ਨਾਰੀ ਲੱਭਣੇ ਉਸ ਤੇ ਸਹੀ ਮੁਸ਼ਾ ਮੈਂ ਕਿਹਾ ਕੀ ਚੱਲ ਤੂੰ। ਓ ਲੋ ਜੀ ਫਾਟਕ ਖੁੱਲ ਗਿਆ ਯਾਰ, ਇਹ ਭੂੰਡ ਤੁਹਾਨੂੰ ਪਿੰਡਾਂ 'ਚ ਦੇਖਣ ਨੂੰ ਮਿਲਨੇ ਆ। ਧਿਆਨ ਨਾਲ ਡੰਗ ਮਾਰ ਦੂੰਗਾ ਜੀ ਦੂਰ ਹੈ। ਕੱਲ ਦੀ ਹਨੇਰੀ ਦੇ ਕੁਛ ਨਿਸ਼ਾਨ ਚੈੱਕ ਕਰੋ। ਅੰਮ੍ਰਿਤਸਰ ਵੀ ਬਹੁਤ ਬੁਰਾ ਹਾਲ ਹੀ ਦੇ ਨਾ ਯਾਰ, ਪਿੰਡ ਬਹੁਤ ਸੋਹਣਾ ਬਾਈ ਉਹਨਾਂ ਦਾ। ਗੱਲ ਸੁਣੋ ਯਾਰ, ਪ੍ਰਾਹੁਣੇ ਆਏ ਬੂਹਾ ਨਹੀਂ ਖੋਲਣ ਦੇ। ਆਹੋ ਆ ਕੀ ਗੱਲ ਸੁਣਨਾ ਯਾਰ, ਕੀ ਹਾਲ ਚਾਲ। ਥੈਂਕ ਯੂ ਥੈਂਕ ਯੂ ਥੈਂਕ ਯੂ ਕਰ ਲੈ ਪੰਜ ਪ੍ਰੋਬਲਮ ਤਾਂ ਨਹੀਂ ਹੋਈ। ਵੈਲਕਮ ਬੈਕ ਟੂ ਚੈਨਲ। ਮਿਲੋ ਜੀ ਸਾਰੇ ਪੰਜਾਬੀ ਵਲੌਗਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਹੜੇ ਮੈਨੂੰ ਨਹੀਂ ਜਾਣਦੇ, ਇਹ ਵਲੌਗ ਦੇ ਐਂਡ ਦੇ ਵਿੱਚ ਤੁਸੀਂ ਜਾਣਦੇ ਹੋ ਮੈਂ ਕੌਣ ਆ। ਸਾਰੇ ਜਾਣਦੇ ਯਾਰ ਤੇ ਆਪਣੇ ਕੈਮਰਾਮੈਨ ਹਰਮਨ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਵੀਰੇ। ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਵਧੀਆ ਜੀ ਵਧੀਆ ਵਧੀਆ, ਹਾਲ ਚਾਲ ਠੀਕ ਠਾਕ ਜੀ? ਹਾਂਜੀ ਹਾਂਜੀ ਬਾਬਾ, ਟਾਈਮ ਲਾਤਾ ਬਹੁਤ ਖੁੱਲਣ ਤੇ। ਅਚਾਰ ਦੀ ਤਿਆਰੀ ਹੋ ਰਹੀ ਇੱਧਰ, ਅਚਾਰ ਫਿਰ ਪੈਕ ਕਰਕੇ ਦੋਗੇ ਸਾਨੂੰ 5-6 ਕਿਲੋ ਹਨਾ ਨਾਲ ਅੰਮ੍ਰਿਤਸਰ ਨੂੰ। 5-6 ਕਿਲੋ ਘੱਟ ਕਰੋ ਤੁਸੀਂ, ਵੱਧ ਕਰੋ।
ਗਰਮੀ ਬੜੀ ਕੀਤੀ ਯਾਰ। ਸਭ ਤੋਂ ਪਹਿਲਾਂ ਤਾਂ ਮਨਿੰਦਰ ਬਾਈ ਨੂੰ ਨਵੀਂ ਗੱਡੀ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸੋ ਮੱਚ। ਤੇ ਮੈਂ ਇਹੀ ਮੂਮੈਂਟ ਲੈਣਾ ਚਾਹੁੰਦਾ ਬਾਈ ਨੂੰ ਵੀ ਵਧਾਈਆਂ ਦੇਣ ਦੀ ਗੱਡੀ ਆ। ਪਹਿਲੇ ਜਦੋਂ ਬਾਈ ਨੇ ਗੱਡੀ ਲਈ ਸੀ ਆਈ ਥਿੰਕ ਮੈਂ ਪਹਿਲੇ ਜੋ ਸੀ ਇਹਨੇ ਕਮੈਂਟ ਕੀਤਾ ਸੀਗਾ। ਹਾਂ ਭਾਈ ਪਤਾ ਮੇਰੇ ਹਲੇ ਉਹਦੇ ਵਿੱਚ ਯੂਟਿਊਬ ਲੀਟਰ ਡੈਸ਼ਬੋਰਡ ਦੀ ਕਮੈਂਟ ਹੁੰਦੇ ਨੇ ਸ਼ੋ ਹੁੰਦੇ ਦੋ ਤਿੰਨ ਤੁਹਾਡਾ ਕਮੈਂਟ ਹੈਗਾ। ਮੈਂ ਸਲਾਹ ਦਿੱਤੀ ਸਕੋਰਪੀਓ ਲੈ ਲਓ ਜਾਂ ਥਾਰ ਲੈ ਲਓ। ਫਾਈਨਲ ਕਰਦੇ ਕੀਆ ਲੈਣ ਦੀ, ਕੀਆ ਸੋਨਟ। ਤੇ ਹੁਣ ਸਾਡਾ ਪਲਾਨ ਹੈਗਾ ਮੋਟਰ ਤੇ ਜਾਣ ਦਾ। ਹਲੇ ਤੱਕ ਸਾਨੂੰ ਕੁਛ ਨੀ ਖਵਾਇਆ ਪਿਆ, ਇਹਨੇ ਮੈਨੂੰ ਸਹੀ ਜਵਾਬ ਨੀ ਦਿੱਤਾ ਹੈਗਾ। ਵਰਨਾ ਮੈਂ ਵਰਨਾ ਲੈਣੀ ਸੀਗੀ, ਪਰ ਇਹ ਮੈਨੂੰ ਕਹਿੰਦਾ ਕਹਿੰਦਾ ਕੀ ਆ ਯਾਰ। ਮੈਂ ਕਿਹਾ ਠੀਕ ਆ, ਜਿਵੇਂ ਬਾਈ ਨੇ ਕਿਹਾ ਫਿਰ ਆਪਾਂ ਕੀ ਆ ਲੈ ਲਈ। ਜਿਹੜਾ ਵਲੌਗਰ ਹੁੰਦਾ ਨਾ ਉਹ ਦੂਜੇ ਦਾ ਕੈਮਰਾ ਭੁਲੇਖੇ ਨਾਲ ਫੜ ਲੈਂਦਾ, ਤੁਹਾਡਾ ਵਲੌਗ ਆ ਵੀਰੇ ਤੁਸੀਂ ਬਣਾ ਦੇ। ਹੁਣ ਚੱਲੇ ਆਪਾਂ ਮੋਟਰ ਤੇ, ਮੋਟਰ ਤੇ ਸੀਨ ਕੀ ਹੋ ਜਾ ਕੇ ਤੁਹਾਨੂੰ ਦਿਖਾਉਂਦੇ ਆ। ਇਹ ਚਾਹ ਪਾਣੀ ਆਈ ਪੀ ਲਿਆ ਹੋਇਆ ਮਜ਼ਾਕ ਹੀ। ਸਤਿ ਸ਼੍ਰੀ ਅਕਾਲ ਜੀ। ਉਹ ਸੱਚ ਮੇਨ ਮੇਨ ਚੀਜ਼ ਰਹਿ ਗਈ ਆਂਟੀ, ਆ ਮਸ਼ਹੂਰ ਅੰਮ੍ਰਿਤਸਰ ਦੇ ਪਾਪੜ ਵੜੀਆਂ ਤੇ ਹੋਰ ਪਤਾ ਨੀ ਕੀ ਕੁਝ। ਆਹੋ ਮੈਂ ਖਾਂਦੀ ਨਾ, ਪਰ ਆਂਟੀ ਅਸੀਂ ਤੁਹਾਨੂੰ ਖਵਾ ਲੈਣੇ ਅੱਜ। ਕਿੰਨਾ ਕਿਹੜਾ ਹੁੰਦਾ ਆਪਣਾ ਕਿਸਮਤ ਚੰਗੀ ਸਾਡੀ ਅੱਜ ਬਰਗਰ ਮਿਲ ਗਏ ਤੇ ਕਹਿੰਦੇ ਨਾ ਹੁੰਦਾ ਨੀ ਹੈ। ਕਿਸਮਤ ਵੈਸੇ ਵੀ ਚੰਗੀ ਆ, ਚਾਹੇ ਬਰਗਰ ਮਿਲ ਨਾ ਮਿਲ, ਕਿਸਮਤ ਆਪਣੀ ਚੰਗੀ ਆ। ਵਧੀਆ ਜੇ ਬਣਾਏ ਵੀਰੇ ਯਾਰ ਆ ਬਰਗਰ, ਸੱਚੀ ਚ ਬਹੁਤ ਸਵਾਦ ਆ, ਬਹੁਤ ਸਵਾਦ ਆ। ਇਹ ਕਾਈਂਡ ਆਫ ਦੇਸੀ ਬਰਗਰ ਆ, ਹਨਾ, ਦੇਸੀ ਬਰਗਰ ਆ ਪਰ ਸਵਾਦ ਆ। ਬੰਦੇ ਵਿਦੇਸ਼ੀ ਬਰਗਰ ਦੇਸੀ। ਚਲੋ ਠੀਕ ਹੈ ਵੀਰੇ, ਬਹੁਤ ਵਧੀਆ ਲੱਗਾ ਮਿਲ ਕੇ। ਓਕੇ ਜੀ, ਜਦੋਂ ਕੋਈ ਏਦਾਂ ਮਿਲਦਾ ਹੁੰਦਾ ਨਾ ਬੜੀ ਖੁਸ਼ੀ ਹੁੰਦੀ ਹੈ ਨਾ ਮਨਿੰਦਰ ਵੀਰੇ, ਕਿਉਂਕਿ ਸਪੈਸ਼ਲ ਰੋਕ ਕੇ ਮਿਲੇ। ਆਹੋ ਬਾਈ ਹੁਣੀ ਏਦਾਂ ਪੂਰੇ ਆ ਜੋਸ਼ ਚ ਆਏ ਸੀ ਭਜਾਉਂਦੇ ਭਜਾਉਂਦੇ, ਤੇ ਰਵੀ ਬਾਈ ਕਿੰਨੇ ਲੱਗਦਾ ਕੁੱਟਣ ਆਏ ਹਨ। ਇਹ ਰਸਤਾ ਐਵੇਂ ਦਾ ਜਿਵੇਂ ਲੱਗਦਾ ਅਸੀਂ ਜੰਗਲ 'ਚ ਚੱਲੇ ਹੁੰਦੇ ਕਿਤੇ। ਉਹ ਸਾਹਮਣੇ ਮੋਟਰ ਸਾਹਮਣੇ ਆ ਜਿਹੜਾ ਤੁਸੀਂ ਖੰਭਾ ਦੇਖ ਰਹੇ ਹੋ ਇਹਦੇ ਵਿੱਚ ਛੋਟਾ ਲੱਗ ਰਿਹਾ ਵਾ, ਪਰ ਇਹ ਜਿਹੜਾ ਖੰਭਾ ਕਾਫੀ ਕਿਲੋਮੀਟਰ ਬਾਅਦ ਲੱਗਦਾ ਵਾ। ਅੱਛਾ, ਇਹ ਆਪਣੇ ਖੇਤ ਦੇ ਵਿੱਚ ਲੱਗਿਆ ਹੋਇਆ, ਇਹਦੇ ਅੰਦਰ ਕੰਬਾਈਨ ਟਰੈਕਟਰ ਜਿਵੇਂ ਮਰਜ਼ੀ ਘੁਮਾਈ ਚੱਲੋ। ਮਤਲਬ ਆਪਣੀ ਪਹਿਲੀ ਸਾਰੀ, ਆਪਣੀ ਪਹਿਲੀ ਸਾਰੀ ਜਿੱਥੇ ਤੱਕ ਦੀਂਦੀ ਆ ਅੱਧੀ ਪਿੰਡ ਵਾਲਿਆਂ ਦੀ ਆ, ਸਾਰੀ ਆਪਣੀ ਆ, ਜੰਤਰ ਬੀਜਿਆ ਹੋਇਆ ਆਪਣੀ ਆ। ਠੀਕ ਆ ਠੀਕ ਆ। ਉਹ ਮੋਟਰ ਆ ਮੋਟਰ ਆ ਤੇ ਗੱਡੀ 'ਚ ਬੈਠੇ ਬੈਠੇ ਮੈਂ ਤੇ ਮਨਿੰਦਰ ਬਾਈ ਸਲਾਹ ਕਰ ਰਹੇ ਸੀ ਕਿਉਂ ਨਾ ਗਿਵ ਅਵੇ ਕਰ ਲਿਆ ਜਾਵੇ, ਕਰ ਲਿਆ ਜਾਵੇ, ਕਰ ਲਿਆ ਜਾਵੇ।
चलो फिर छोटा जा गिवअवे कर लेंगे कोई नहीं छोटा वा नहीं दसांगे तुहानू बाकी जुड़े रहो गिवअवे दी अनाउंसमेंट करांगे आपां अगले आने वाले व्लॉग्स अगले आने वाले व्लॉगां दे विच सो स्टे ट्यून या कीप सब्सक्राइब पंजाबी व्लॉगर किथे गए अरे हाय गाइस इत्थे चल रही मोटर दी तैयारी मनिंदर भाई दे घर तों मोटर तक आउंदिया आपां नूं अद्धा घंटा लग गया पर मोटर ते आउणा टोटली वर्थ क्या माहौल आ यार इत्थे आराम नाल बह के इंजॉय कर रहे हां खा पी रहे हां हवा जिहड़ी है ना पिंड दी हवा इन्नी सुकून भरी हुंदी ना यार शांति है चारों बन्ने आराम नाल बह के इंजॉय कर रहे हां खा पी के ते फिर आपां नहावांगे कट्ठे हो गई मोटर च मोटर च आवले च बच्चे च आवले यार जामनू जूम नहीं लगे जामनू जामनू जामन जामन कहते जामन की अच्छा अच्छा पहला अस वाली मोटर से ही हूं चले आप उधर वाली मोटर से कनेडा वधी गया पिंड पेंड वधिया क्या हाल चाल है बढ़िया सब कल जो तूफान आया ही वो काम खराब किया तूफान ने ना कट्टे चकते तूफान ने
ਮੋਟਰ ਤੇ ਨਾ ਵਾਰੇ ਨਹੀਂ ਆ ਰਹੇ ਘਰ ਪਹੁੰਚ ਚੁੱਕੇ ਆ, ਅੱਜ ਪੂਰਾ ਇੰਜੋਏ ਕੀਤਾ। ਅੱਜ ਦਾ ਜਿਹੜਾ ਵਲੋਗ ਸੀ ਬਾਈ ਦੇ ਚੈਨਲ ਤੇ ਵੀ ਆਇਆ, ਮਤਲਬ ਕਿ ਅੱਧਾ ਵਲੋਗ ਬਾਈ ਦੇ ਚੈਨਲ ਤੇ ਆਇਆ, ਅੱਧਾ ਮੇਰੇ ਤੇ ਆਇਆ। ਤੇ ਬਾਈ ਦੇ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ, ਪੰਜਾਬੀ ਵਲੋਗਰ। ਬਾਈ ਦੇ ਇੰਸਟਾਗ੍ਰਾਮ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ, ਜ਼ਰੂਰ ਫੋਲੋ ਕਰਿਓ ਅਤੇ ਸਬਸਕ੍ਰਾਈਬ ਵੀ ਕਰਿਓ। ਅਤੇ ਹਾਲੇ ਅੱਗੇ ਆਉਣ ਵਾਲੇ 2-3 ਦਿਨ ਇੱਦਾਂ ਹੀ ਹੋਣਾ, ਅੱਧਾ ਵਲੋਗ ਬਾਈ ਦੇ ਚੈਨਲ 'ਤੇ ਹੋਣਾ, ਅੱਧਾ ਮੇਰੇ। ਸੋ ਬੇਸਿਕਲੀ ਦੋਨਾਂ ਚੈਨਲਸ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਓ, ਫੋਲੋ ਕਰ ਲਓ। ਅਤੇ ਗਿਵ ਅਵੇ ਵੀ ਬਹੁਤ ਜਲਦੀ ਆ ਰਿਹਾ, ਆਏ ਡਿਸਕਸ ਕਰਦੇ ਚੰਗੀ ਤਰ੍ਹਾਂ, ਹੈ ਨਾ। ਅੱਜ ਆਪਾਂ ਮੈਂ ਇਹ ਸੋਚਿਆ ਵਾ ਕਿ ਗਿਵ ਅਵੇ ਕਰਨਾ ਵਾ, ਕੀ ਕਰਨਾ ਵਾ, ਬਾਕੀ ਅੱਜ ਸਾਰਾ ਫਾਈਨਲ ਕਰ ਦੇਣਾ ਰਾਤ ਨੂੰ, ਬਾਕੀ ਆਉਣ ਵਾਲੇ ਵਲੋਗਸ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ। ਸੋ ਗਾਈਜ਼, ਹੋਪ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਹੋ। ਜੇ ਵਧੀਆ ਲੱਗਾ ਤਾਂ ਲਾਈਕ, ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ। ਅਤੇ ਮਿਲਦੇ ਆਪਾਂ ਅਗਲੇ ਵਲੋਗ 'ਚ। ਟਿਲ ਦੈਨ, ਬਾਏ, ਟੇਕ ਕੇਅਰ।